ਸਤਿ ਸ਼੍ਰੀ ਅਕਾਲ ਅਜੀਤ ਵੈਬ ਟੀਵੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਪਰਮਜੀਤ ਕੌਰ ਸੈਣੀ। ਅੱਜ ਦੀ ਇਸ ਖਾਸ ਪੇਸ਼ਕਸ਼ ਜ਼ਿੰਦਗੀ ਇੱਕ ਨਜ਼ਰ ਦੀ ਸ਼ੁਰੂਆਤ ਕਰਦੇ ਹਾਂ ਇੱਕ ਕਿੱਸੇ ਦੇ ਨਾਲ। ਦਰਅਸਲ ਇੱਕ ਵਾਰ ਇੱਕ ਧੀ ਨੇ ਕਿਹਾ ਕਿ ਜੇਕਰ ਮਾਪਿਆਂ ਦੀ ਜ਼ਿੰਮੇਵਾਰੀ ਧੀਆਂ ਨੂੰ ਦੇ ਦਿੱਤੀ ਜਾਵੇ ਤਾਂ ਦੁਨੀਆ ਦਾ ਕੋਈ ਵੀ ਮਾਪੇ ਅਨਾਥ ਆਸ਼ਰਮ ਵਿੱਚ ਨਾ ਜਾਵੇ। ਇਸ ਦਾ ਜਵਾਬ ਦਿੰਦਿਆਂ ਇੱਕ ਪੁੱਤ ਨੇ ਕਿਹਾ ਕਿ ਜੇਕਰ ਵਿਆਹ ਕੇ ਲਿਆਂਦੀਆਂ ਹੋਈਆਂ ਨੂੰਹਾਂ ਹੀ ਧੀਆਂ ਬਣ ਕੇ ਰਹਿਣ ਤਾਂ ਦੁਨੀਆ ਦਾ ਕੋਈ ਵੀ ਮਾਪੇ ਅਨਾਥ ਆਸ਼ਰਮ ਨਾ ਜਾਵੇ। ਸੱਚਾ ਅਤੇ ਰੋਂਗਟੇ ਖੜ੍ਹੇ ਕਰ ਦੇਣ ਵਾਲਾ ਅਜਿਹਾ ਜਵਾਬ ਸਾਡੇ ਸਮਾਜ ਦੇ ਉਸ ਪਹਿਲੂ ਨੂੰ ਦਰਸਾਉਂਦਾ ਹੈ ਜਿਸ ਵਿੱਚ ਲੋਕ ਪੈਸੇ ਅਤੇ ਪਿਆਰ ਦੇ ਪਿੱਛੇ ਆਪਣੇ ਘਰਦਿਆਂ ਨੂੰ, ਆਪਣੇ ਬਜ਼ੁਰਗਾਂ ਨੂੰ, ਆਪਣੇ ਮਾਪਿਆਂ ਨੂੰ ਬੇਘਰ ਕਰ ਦਿੰਦੇ ਨੇ। ਇਹੀ ਵਜ੍ਹਾ ਕਿ ਅੱਜ ਅਨਾਥ ਆਸ਼ਰਮ ਅਤੇ ਬਿਰਧ ਆਸ਼ਰਮ ਬਜ਼ੁਰਗਾਂ ਨਾਲ ਭਰੇ ਪਏ ਨੇ। ਜ਼ਿੰਦਗੀ ਇੱਕ ਨਜ਼ਰ ਇਸ ਪੇਸ਼ਕਸ਼ ਦੇ ਵਿੱਚ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਇੱਕ ਅਜਿਹੇ ਬਜ਼ੁਰਗ ਜੋੜੇ ਦੇ ਨਾਲ ਜੋ ਨਾ ਤਾਂ ਅਨਾਥ ਆਸ਼ਰਮ ਵਿੱਚ ਰਹਿੰਦਾ ਅਤੇ ਨਾ ਹੀ ਕਿਸੇ ਫੁੱਟਪਾਥ 'ਤੇ। ਇਹ ਬਜ਼ੁਰਗ ਜੋੜਾ ਆਪਣੀ ਜ਼ਿੰਦਗੀ ਦੇ ਆਖਰੀ ਪਲ ਬਤੀਤ ਕਰ ਰਿਹਾ ਇੱਕ ਸ਼ਮਸ਼ਾਨ ਘਾਟ ਵਿੱਚ। ਜਿਉਂਦੇ ਜੀ ਇਸ ਬਜ਼ੁਰਗ ਜੋੜੇ ਨੂੰ ਸ਼ਮਸ਼ਾਨ ਘਾਟ ਕਿਸਨੇ ਪਹੁੰਚਾਇਆ ਅਤੇ ਇਹ ਇੱਥੇ ਕਿਹੋ ਜਿਹੀ ਜ਼ਿੰਦਗੀ ਬਤੀਤ ਕਰ ਰਿਹਾ, ਆਓ ਤੁਹਾਨੂੰ ਵਿਖਾਉਂਦੇ ਹਾਂ ਪਟਿਆਲਾ ਤੋਂ ਅਜੀਤ ਦੇ ਪੱਤਰਕਾਰ ਅਮਨਦੀਪ ਸਿੰਘ ਦੀ ਇਹ ਵਿਸ਼ੇਸ਼ ਰਿਪੋਰਟ। ਦੋ ਮੁੰਡੇ ਮੇਰੇ ਗੁਜ਼ਰ ਗਏ, ਪੋਤੇ ਨਿੱਕੇ ਨਿੱਕੇ ਦੇ, ਬਹੂਆਂ ਗੱਲ ਨਹੀਂ। ਅਗਲਿਆਂ ਨੇ ਕਿਹਾ ਜਿੱਥੇ ਮਰਜ਼ੀ ਜਾਓ, ਜਿਹੜੇ ਸਾਹਮਣੇ ਵਾਲੇ ਤਾਂ ਉਹ ਤੁਰ ਗਏ, ਰੱਬ ਅੱਗੇ ਨੂੰ ਪਿਆਰੇ ਹੋ ਗਏ। ਜੀਣੇ ਤੇ ਮਰਨਾ ਚੰਗਾ, ਗੁਰਦੇਵ ਸਿੰਘ, ਉਮਰ 80 ਤੋਂ 85 ਸਾਲ, ਤੇਜ ਕੌਰ ਗੁਰਦੇਵ ਸਿੰਘ ਦੀ ਧਰਮ ਪਤਨੀ। ਪਤਨੀ ਹੈ ਤਾਂ ਪਤਾ ਟਿਕਾਣਾ ਵੀ ਕੋਈ ਹੋਵੇਗਾ ਦੋਨਾਂ ਦਾ, ਪਰ ਹੈਰਾਨੀ ਦੀ ਗੱਲ ਇਹ ਹੈ ਜਿੱਥੇ ਲੋਕ ਅਕਸਰ ਆਉਣ ਤੋਂ ਡਰਦੇ ਨੇ ਜਾਂ ਸਿਰਫ ਅਫਸੋਸ ਵੇਲੇ ਪਹੁੰਚਦੇ ਨੇ, ਉਹ ਹੈ ਇਹਨਾਂ ਦਾ ਪਤਾ ਟਿਕਾਉਣਾ। ਜੀ ਹਾਂ, ਇਹਨਾਂ ਦਾ ਪਤਾ ਟਿਕਾਉਣਾ ਹੈ ਪਟਿਆਲਾ ਦੇ ਪਿੰਡ ਚੋਰਾ ਦੀਆਂ ਮਣੀਆਂ, ਜਿੱਥੇ ਇਹ ਬਜ਼ੁਰਗ ਜੋੜਾ ਆਪਣੇ ਜ਼ਿੰਦਗੀ ਦੇ ਆਖਰੀ ਪਲ ਬਤੀਤ ਕਰ ਰਿਹਾ। ਆਓ ਇਹ ਬਜ਼ੁਰਗ ਜੋੜੇ ਨਾਲ ਗੱਲਬਾਤ ਕਰਦੇ ਹਾਂ, ਕੀ ਕਾਰਨ ਰਿਹਾ ਉਹਨਾਂ ਦਾ ਇਹ ਮੜੀਆਂ ਦੇ ਵਿੱਚ ਰਹਿਣ ਦਾ। ਮਾਤਾ ਜੀ, ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਰਹਿੰਦੇ ਹੋ? 4 ਸਾਲ ਹੋ ਗਏ, 5ਵਾਂ ਸਾਲ ਲੱਗਿਆ ਸੇਵਾ ਕਰਦੇ ਨੂੰ। ਕੀ ਕਾਰਨ ਸੀਗੇ ਤੁਸੀਂ ਅੱਜ ਇੱਥੇ ਆਏ ਹੋ? ਦੋ ਮੁੰਡੇ ਮੇਰੇ ਗੁਜ਼ਰ ਗਏ, ਪੋਤੇ ਨਿੱਕੇ ਨਿੱਕੇ ਦੇ, ਬਹੂਆਂ ਗੱਲ ਨਹੀਂ। ਅਗਲਿਆਂ ਨੇ ਕਿਹਾ ਜਿੱਥੇ ਮਰਜ਼ੀ ਜਾਓ, ਬਸ ਮੈਂ ਦੋ ਤਿੰਨ ਬੰਦਿਆਂ ਨੇ ਕਿਹਾ ਭਾਈ ਇਹ ਮਰਗਣ ਮੜੀਆਂ ਗਈ ਕੁੰਜੀ, ਤਾਂ ਮੈਂ ਉਰੇ ਆਪਣੀ ਜ਼ਿੰਦਗੀ ਭੋਗੀ ਜਾਓ ਦੋਵੇਂ ਮੀਆਂ ਬੀਬੀ, ਤੁਹਾਨੂੰ ਹੋਰ ਕਿੱਥੇ ਕਿਉਂ ਲੋੜ ਰੁਲਣ ਹੈਗੀ? ਗੁਰਦੁਆਰਿਆਂ ਮਾਂ ਵੀ ਕੁਛ ਨਹੀਂ ਹੈ, ਉਰੇ ਆਪਣਾ ਤੁਹਾਨੂੰ ਜੈਸਾ ਕੈਸਾ ਮਾਲਕ ਆਪੇ ਦੇਵੇਗਾ ਰੋਟੀ। ਜਿਵੇਂ ਆਮ ਲੋਕ ਇੱਥੇ ਆਉਣ ਤੋਂ ਵੀ ਡਰਦੇ ਨੇ, ਤੁਹਾਨੂੰ ਕਿੰਨੇ ਸਾਲ ਹੋ ਗਏ ਇੱਥੇ ਰਹਿੰਦਿਆਂ ਨੂੰ, ਡਰ ਨਹੀਂ ਲੱਗਦਾ? ਮੈਨੂੰ ਕੋਈ ਡਰ ਨਹੀਂ ਲੱਗਦਾ, ਖਾਮਣੀ ਮਾਲਕ ਨੇ ਕਿਆ ਮੇਰੇ ਮਾਂ ਸ਼ਕਤੀ ਪਾ ਦੀ, ਕਿਆ ਮਾਲਕ ਨੇ ਮੈਨੂੰ ਉਹ ਦੇ ਦਿਆ। ਮੈਨੂੰ ਇੱਕ ਦਿਨ ਸੁਪਨਾ ਸਿਰਖਾ ਨਹੀਂ ਆਇਆ, ਉਹ ਮਾਲਕ ਦੀ ਮੈਨੂੰ ਐਡੀ ਕਿਰਪਾ ਹੋ ਗਈ, ਮੈਨੂੰ ਸੁਪਨਾ ਸਿਰਖਾ ਨਹੀਂ ਆਇਆ। ਜਾਂ ਕੁੱਤੇ ਨੇ ਵੱਢੀ ਹੈ, ਮੈਂ ਕੁੱਤਾ ਵੀ ਫੱਕ ਲਿਆ ਬਈ ਮਾਰ ਦਿਆਂਗੀ ਉਹ ਹੋਰਾਂ ਨੂੰ ਵੀ ਵੱਢੇਗਾ, ਪਰ ਮੈਨੂੰ ਇਹ ਨਹੀਂ ਪਤਾ ਲੱਗਿਆ ਕੁੱਤਾ ਛੁੱਟ ਕਿੱਕਰ ਗਿਆ, ਉਹ ਮਾਲਕ ਨੂੰ ਪਤਾ, ਮੈਨੂੰ ਕੋਈ ਪਤਾ ਨਹੀਂ ਲੱਗਿਆ। ਤੁਹਾਡੇ ਖਰਚੇ ਦੀ ਗੱਲ ਕਰੀਏ, ਖਰਚਾ ਕਿਵੇਂ ਚੱਲਦਾ ਤੁਹਾਡਾ, ਰੋਟੀ ਪਾਣੀ ਕਿਵੇਂ ਚੱਲਦਾ? ਮੈਂ ਰੋਟੀ ਪਾਣੀ ਤੋਂ ਕਿਆ ਚੱਲਣਾ, ਮਾਤਰ ਮਾਤੜ ਈਵਨ ਪੜਥਣਾ ਵੀ ਕਹਿੰਦੇ ਰੋਟੀ ਪਕਾ ਦੇ ਮਾਂ ਪੁੱਤ, ਮੇਰੇ ਕੱਪੜੇ ਵੀ ਕਚੱਲੇ ਜਾਂਦੇ ਆ, ਵੀ ਕੱਪੜੇ ਵੀ ਤੁਹਾਨੂੰ ਕਚੱਲਣੇ ਮੇਰੇ 10 ਦਿਨ ਕਟਾ ਦੇ ਤਾਂ ਕਟਾ ਸਕਾਂ, ਫਿਰ ਨਾ ਕਹੀਂ ਮੈਨੂੰ ਉਲਾਂਭੇ ਦੇ ਲੋਕ, ਵੀ ਤੇਰੀ ਮਰਜ਼ੀ ਹੈ ਦੇਖ ਲੈ। ਫਿਰ ਪੁੱਤਾਂ ਲੱਗਿਆ ਛੋਟਾ ਸਾ ਕਹਿਣ ਕਿ ਮਾਂ ਜੇ ਤੂੰ ਨਹੀਂ ਇਸ ਕੱਪੜੇ ਤੋਂ ਮੈਂ ਧੋਵਾਂਗਾ, ਮੈਨੂੰ ਇਸ ਕੇ 10-12 ਦਿਨ 10 ਦਿਨ ਕਟਾਉਣੇ ਕਟਾਉਣੇ, ਤਾਂ ਕਰਕੇ ਮੈਂ ਬਸ ਇਸ ਕਰਕੇ ਕੱਪੜਾ ਵੀ ਕਿ ਕੱਪੜਾ ਤੋਂ ਧੋਣੇ ਲਗਾ ਕੱਢਣਾ ਲਗਾ ਪਾਣੀ ਵਾਣੂ, ਹੱਥ ਮੇਰਾ ਕੰਮ ਨਹੀਂ ਕਰਦਾ, ਦੰਦ ਇਸ ਮਾਂ ਬਹੁਤ ਜ਼ਿਆਦਾ ਦੇ ਜ਼ਿਆਦਾ ਗੱਡੇ ਵੇਚ। ਕੌਣ ਕੌਣ ਰਹਿੰਦੇ ਹੁਣ ਇੱਥੇ? ਬਸ ਮੀਆਂ ਬੀਬੀ, ਕੋਈ ਨਹੀਂ ਰਹਿੰਦਾ ਆਪਣਾ, ਕਿਸੇ ਦਾ ਨਹੀਂ ਸੋਚਿਆ, ਮੀਆਂ ਬੀਬੀ ਹੈ। ਅਜੋ ਪੇੜੇ ਵੀ ਕਰਕੇ ਦੀ ਜਾਂਦਾ ਮੈਂ, ਜਦ ਵੀ ਆਪਣਾ ਗੁਜ਼ਾਰਾ ਕਰੀ ਜਾਂਦੀ, ਮੇਰੇ ਪਾ ਪੇੜਾ ਨਹੀਂ ਹੋਇਆ ਜਾਂ ਬੇਬਸ ਹੋ ਗਈ
ਤਾਂ ਕਰਕੇ ਮਰ ਸਕਦੇ ਸਿਰੇ ਦੇ ਰੋਟੀਆਂ ਪਕਵਾਈਆਂ ਮੈਂ ਪਕਵਾਨ ਚਾਹੁੰਦਾ। ਮਾਂ ਪਿਓ ਨੂੰ ਆਸ ਹੁੰਦੀ ਆ ਬੱਚਿਆਂ ਦੀ, ਸਾਰੀ ਜ਼ਿੰਦਗੀ ਪਾਲਦੇ ਨੇ, ਹੈ ਨਾ, ਕਿ ਜਿਹੜਾ ਬੁਢਾਪਾ ਉਹਨਾਂ ਦਾ ਸੌਖਾ ਨਿਕਲ ਜੂਗਾ। ਜਿਵੇਂ ਤੁਸੀਂ ਇੱਥੇ ਹੋ, ਕੀ ਜਿਹੜੇ ਸਾਂਭਣੇ ਵਾਲੇ ਤਾਂ ਉਹ ਤੁਰ ਗਏ, ਰੱਬ ਅੱਗੇ ਨੂੰ ਪਿਆਰੇ ਹੋ ਗਏ ਨਾ। ਛੋਟੇ ਛੋਟੇ ਬੱਚਿਆਂ ਨੂੰ ਮੈਂ ਕਿਆ ਕਹਾਂ, ਕੁਛ ਨਹੀਂ ਕਹਿ ਸਕਦੀ। ਇਹੋ ਜੀ ਕੀ ਮਜਬੂਰੀ ਸੀ ਕਿ ਤੁਹਾਨੂੰ ਮੜੀਆਂ ਜਾ ਕੇ ਰਹਿਣਾ ਪਿਆ? ਮਜਬੂਰੀ ਦੇਖੋ, ਘਰ ਬਾਹਰ ਨਹੀਂ ਹੈਗਾ, ਇਸੇ ਤਰ੍ਹਾਂ ਦਾ ਕਿਰਾਇਆ ਕਿਤੇ ਦੇ ਨਹੀਂ ਸਕਦੇ, ਕੰਮ ਕਾਰ ਕਰਨ ਜੋਗੇ ਨਹੀਂ ਰਹੇ, ਇਸ ਕਰਕੇ ਮੜੀਆਂ ਮੈਂ ਬੈਠੇ। ਖਾਣਾ ਪੀਣਾ ਕਿਵੇਂ ਚੱਲਦਾ, ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਤੁਹਾਡਾ? ਮਿਹਨਤ ਕਰੇ ਸੀ ਬੇਚਾਰੀ, ਉਹ ਕੁੱਤੇ ਨੇ ਵੱਢ ਲਈ, ਬਈ ਉਹ ਵੀ ਬੈਠੀ ਆ। ਅਕਸਰ ਲੋਕ ਡਰਦੇ ਨੇ ਮੜੀਆਂ 'ਚ ਆਉਣ ਲੱਗਿਆਂ, ਪਰ ਤੁਸੀਂ ਇੱਥੇ ਰਹਿੰਦੇ ਹੋ, ਕੀ ਤੁਹਾਨੂੰ ਡਰ ਨਹੀਂ ਲੱਗਦਾ ਜਾਂ ਕੀ? ਕਿਆ ਕਰੇਗੀ, ਡਰ ਤਾਂ ਵੀ ਹਮੇ ਤਾਂ ਕਹਾਂ ਵੀ ਮੌਤ ਆ ਜਾਏ, ਇਸ ਜੀਣੇ 'ਤੇ ਮਰਨਾ ਚੰਗਾ। ਇਹ ਪਿੰਡ ਚੌਰਾੜ ਦੀਆਂ ਮੜੀਆਂ ਜੀ, ਇੱਥੇ ਇਹ ਬਜ਼ੁਰਗ ਜਿਹੜਾ ਪਿਛਲੇ 5 ਸਾਲ ਤੋਂ ਰਹਿ ਰਿਹਾ ਇੱਥੇ। ਇਹਨਾਂ ਦੇ ਬੱਚੇ ਮੁੰਡਿਆਂ ਦੀ ਡੈਥ ਹੋ ਗਈ ਸੀ, ਉਸ ਤੋਂ ਬਾਅਦ ਘਰੇਲੂ ਹਾਲਾਤਾਂ ਦੇ ਮੱਦੇਨਜ਼ਰ ਫਿਰ ਇੱਥੇ ਆ ਕੇ ਰਹਿਣ ਲੱਗੇ। ਗੁਜ਼ਾਰੇ ਦੀ ਗੱਲ ਕਰੀਏ, ਇਹਨਾਂ ਦਾ ਕਿਵੇਂ ਖਰਚਾ ਪਾਣੀ ਚੱਲਦਾ ਹੈ? ਗੁਜ਼ਾਰਾ, ਇੱਕ ਤਾਂ ਇਹਨਾਂ ਦੀ ਪੈਨਸ਼ਨ ਲਵਾਈ ਸੀਗੀ ਪਿੱਛੇ SDM ਸਾਹਿਬ ਤੋਂ, ਇੱਥੇ ਆ ਕੇ ਖੁਦ ਆ ਕੇ ਲੱਗ ਗਏ ਸੀਗੇ। ਇੱਕ ਹੋਰ ਪ੍ਰਾਈਵੇਟ ਸੰਸਥਾ ਹੈ, ਉਹ ਵੀ ਇਹਨਾਂ ਨੂੰ ਪੈਨਸ਼ਨ 500 ਰੁਪਇਆ 2 ਥਾਂ ਤੋਂ ਪੈਨਸ਼ਨ ਆ ਰਹੀ ਹੈ, ਬਸ ਉਹਦੇ ਸਿਰ 'ਤੇ ਮਾੜਾ ਮੋਟਾ ਹੋਰ ਸੰਸਥਾਵਾਂ ਜਿਹੜੀਆਂ ਹਨ ਉਹਨਾਂ ਦੇ ਸਿਰ 'ਤੇ। ਅਤੇ ਜਿਵੇਂ ਇਹ ਬੁਢਾਪਾ, ਬੁਢਾਪੇ ਵੇਲੇ ਅਕਸਰ ਹੁਣ ਅੱਜ ਦੇ ਜ਼ਮਾਨੇ 'ਚ ਦੇਖਣ ਨੂੰ ਮਿਲਦਾ, ਜਿਹੜੇ ਬੱਚੇ ਨੇ ਕੇਅਰ ਨਹੀਂ ਕਰਦੇ ਜਾਂ ਨਾਥ ਆਸ਼ਰਮਾਂ 'ਚ ਭੇਜ ਦਿੰਦੇ ਨੇ, ਕੀ ਸੰਦੇਸ਼ਾ ਦਊਂਗੇ, ਕੀ ਮੈਸੇਜ ਦਊਂਗੇ ਤੁਸੀਂ ਇਹ ਪੁੱਤਰਾਂ ਨੂੰ, ਉਹਨਾਂ ਦੇ ਪੁੱਤਾਂ ਨੂੰ? ਅੱਜ ਦੇ ਹਾਲਾਤ ਬਹੁਤ ਖਰਾਬ ਹੋਏ ਹੋਏ ਆ, ਮੁੰਡੇ ਜਵਾਨ ਹੋ ਜਾਂਦੇ ਆ, ਜਦੋਂ ਲੋੜ ਹੁੰਦੀ ਹੈ ਉਹਨਾਂ ਨੂੰ ਮਾਪਿਆਂ ਨੂੰ ਅਨਾਥ ਆਸ਼ਰਮ 'ਚ ਭੇਜ ਦਿੰਦੇ ਹਾਂ ਬੱਚਿਆਂ ਨੂੰ, ਬਜ਼ੁਰਗਾਂ ਨੂੰ। ਬਹੁਤ ਮਾਹੌਲ ਖਰਾਬ ਹੈ, ਸੰਦੇਸ਼ ਇਹੀ ਹੈ ਵੀ ਆਪਣੇ ਮਾਂ ਬਾਪ ਦਾ ਪੂਰਾ ਧਿਆਨ ਰੱਖਿਆ ਜਾਵੇ ਜਦੋਂ ਉਹਨਾਂ ਨੂੰ ਲੋੜ ਹੈ, ਜਦੋਂ ਸਾਨੂੰ ਲੋੜ ਸੀਗੀ ਉਦੋਂ ਉਹਨਾਂ ਨੇ ਧਿਆਨ ਰੱਖਿਆ, ਹੁਣ ਉਹਨਾਂ ਨੂੰ ਲੋੜ ਹੈ ਤਾਂ ਸਾਨੂੰ ਧਿਆਨ ਰੱਖਣਾ ਚਾਹੀਦਾ। ਜਿਵੇਂ ਤੁਸੀਂ ਇੱਕ ਇਲਾਕਾ ਵਾਸੀ ਹੋ, ਨੇੜੇ ਰਹਿੰਦੇ ਹੋ, ਕੀ ਤੁਹਾਡੇ ਵੱਲੋਂ ਵੀ ਇਹਨਾਂ ਦੀ ਮਦਦ ਕੀਤੀ ਜਾਂਦੀ ਹੈ? ਹਾਂਜੀ, ਲੋੜ ਪੈਣ 'ਤੇ ਮਦਦ ਕੀਤੀ ਜਾਂਦੀ ਹੈ, ਜਦੋਂ ਵੀ ਕੋਈ ਉਹਨਾਂ ਨੂੰ ਲੋੜ ਹੁੰਦੀ ਹੈ। ਕਿਸੇ ਦਾਨੀ ਸੱਜਣ ਨੇ ਮਦਦ ਕਰਨੀ ਹੋਏ, ਉਹ ਕਿਵੇਂ ਕੰਟੈਕਟ ਕਰ ਸਕਦਾ ਇਹਨਾਂ ਨੂੰ? ਇੱਥੇ ਪਿੰਡ ਦੀਆਂ ਮੜੀਆਂ ਇਹ ਚੋਰੇ ਦੀਆਂ ਵੱਜਦੀਆਂ, ਕਿਸੇ ਕੋਈ ਵੀ ਆ ਕੇ ਇੱਥੇ ਮਦਦ ਕਰ ਸਕਦਾ, ਡਾਇਰੈਕਟਲੀ ਇਹਨਾਂ ਨੂੰ ਮਦਦ ਕਰ ਸਕਦਾ। ਗੁਰਦੇਵ ਸਿੰਘ ਅਤੇ ਤੇਜ ਕੌਰ ਇਹਨਾਂ ਮੜੀਆਂ ਵਿੱਚ ਰਹਿਣ ਲਈ ਮਜਬੂਰ ਹਨ, ਉਹ ਆਪਣੀ ਜ਼ਿੰਦਗੀ ਦੇ ਆਖਰੀ ਪਲ ਨੂੰ ਇੰਨੀ ਨੇੜੋਂ ਵੇਖ ਚੁੱਕੇ ਨੇ ਕਿ ਹੁਣ ਉਹ ਕਿਸੇ 'ਤੇ ਵੀ ਕੋਈ ਆਸ ਨਹੀਂ ਰੱਖਣਾ ਚਾਹੁੰਦੇ। ਅਸੀਂ ਤੁਹਾਨੂੰ ਮਿਲਾਇਆ ਇਹ ਬਜ਼ੁਰਗ ਜੋੜੇ ਨਾਲ, ਜੋ ਕਿ ਪਿਛਲੇ 5 ਤੋਂ 6 ਸਾਲਾਂ ਤੋਂ ਇਹਨਾਂ ਮੜੀਆਂ ਵਿੱਚ ਰਹਿਣ ਲਈ ਮਜਬੂਰ ਹਨ। ਦਾਨੀ ਸੱਜਣਾ ਵੱਲੋਂ, ਕੁਝ NGO ਵੱਲੋਂ ਇਹਨਾਂ ਦੀ ਜਿਹੜੀ ਦੇਖਭਾਲ ਕੀਤੀ ਜਾ ਰਹੀ ਹੈ। ਸੋ ਉਮੀਦ ਕਰਦੇ ਹਾਂ ਇਹੋ ਜਿਹੀਆਂ ਜਿਹੜੀਆਂ NGO ਨੇ, ਸੰਸਥਾਵਾਂ ਨੇ, ਉਹ ਇਹਨਾਂ ਨਾਲ ਜੁੜੇ ਤਾਂ ਕਿ ਜਿਹੜੇ ਇਹ ਬਜ਼ੁਰਗ ਜੋੜਾ ਹੈਗਾ ਆਪਣੀ ਬਚੀ ਕੁਚੀ ਜਿਹੜੀ ਜ਼ਿੰਦਗੀ ਆਰਾਮ ਨਾਲ ਬਤੀਤ ਕਰ ਸਕਣ। ਅਮਨਦੀਪ ਸਿੰਘ, ਅਜੀਤ ਵੈਬ TV, ਪਟਿਆਲਾ। ਬਹੁਤ ਖੂਬ ਲਿਖਿਆ ਸੀ ਇੱਕ ਸ਼ਮਸ਼ਾਨ ਘਾਟ ਦੇ ਬਾਹਰ ਕਿ ਮੰਜ਼ਿਲ ਤਾਂ ਮੇਰੀ ਇਹ ਸੀ, ਬਸ ਜ਼ਿੰਦਗੀ ਗੁਜ਼ਰ ਗਈ ਇੱਥੇ ਆਉਂਦੇ ਆਉਂਦੇ। ਪੁੱਤਰਾਂ ਦੀ ਮੌਤ ਤੋਂ ਬਾਅਦ ਆਪਣਿਆਂ ਦੇ ਦਰਕਾਰੇ ਜਿਉਂਦੇ ਜੀ ਸ਼ਮਸ਼ਾਨ ਘਾਟ ਪਹੁੰਚੇ ਇਸ ਬਜ਼ੁਰਗ ਜੋੜੇ ਦਾ ਦਰਦ ਅਸੀਂ ਤੇ ਤੁਸੀਂ ਸਿਰਫ ਮਹਿਸੂਸ ਕਰ ਸਕਦੇ ਹਾਂ। ਅੱਜ ਜ਼ਰੂਰਤ ਹੈ ਸਾਡੇ ਸਮਾਜ ਨੂੰ ਰਿਸ਼ਤਿਆਂ ਦੀ ਅਹਿਮੀਅਤ ਸਮਝਣ ਦੀ, ਤਾਂ ਜੋ ਕਿਸੇ ਵੀ ਬਜ਼ੁਰਗ ਜੋੜੇ ਨੂੰ ਜਿਉਂਦੇ ਜੀ ਸ਼ਮਸ਼ਾਨ ਘਾਟ ਵਿੱਚ ਆਸਰਾ ਨਾ ਲੈਣਾ ਪਵੇ। ਹੁਣ ਮੈਨੂੰ ਪਰਮਜੀਤ ਕੌਰ ਸੈਣੀ ਨੂੰ ਦਿਓ ਇਜਾਜ਼ਤ, ਅਤੇ ਤੁਸੀਂ ਵੇਖਦੇ ਰਹੋ ਅਜੀਤ ਵੈਬ TV।